ਆਖੋ ਸੁਭਾਨ ਅੱਲਾਹ, ਵਾਹ ਵਾਹ ਵਾਹ, ਜਿਵੇਂ ਯਾ ਰਸੂਲ ਅੱਲਾਹ ਯਾਰ ਜ਼ਿੰਦਾਬਾਦ 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 ਜ਼ਿੰਦਾਬਾਦ। ਮੌਲਵੀ ਸਾਹਿਬ ਤੁਸੀਂ ਵੀ ਜ਼ਿੰਦਾਬਾਦ ਹੋ। ਮੈਂ ਸਾਰੇ ਸੰਗੀਆਂ ਨੂੰ ਹੱਥ ਬੰਨ ਕੇ ਮਾਜ਼ਰਤ ਕਰਨਾ, ਕਿਉਂਕਿ ਟਾਈਮ ਜਿਹੜਾ ਸ਼ਡਿਊਲ ਹੈ, ਮੇਰੀ ਆਦਤ ਹੈ ਮੈਂ ਫੌਜੀ ਤਬੀਅਤ ਨਾ ਥਾਣਾ। ਜਿਹੜਾ ਟਾਈਮ ਮੈਨੂੰ ਹੁਕਮ ਦਿੱਤਾ ਜਾਏ ਮੈਂ ਉਸ ਟਾਈਮ ਦੇ ਵਿੱਚ ਰਹਿਣਾ, ਮੈਂ ਉਸ ਤੋਂ ਬਾਹਰ ਨਹੀਂ ਜਾਂਦਾ। ਅਤੇ ਜਿਹੜੇ ਟਾਈਮ ਮੈਂ ਪੜ੍ਹਨਾ ਮੈਂ ਉਸੇ ਟਾਈਮ ਹੀ ਪੜ੍ਹਨਾ ਹੈ। ਹੈਂ ਕਹਿ ਦਿਓ ਜ਼ਰਾ ਸੁਭਾਨ ਅੱਲਾਹ, ਸੁਭਾਨ ਅੱਲਾਹ, ਦੋਵੇਂ ਹੱਥ ਚੁੱਕ ਕੇ ਆਖੋ ਸੁਭਾਨ ਅੱਲਾਹ, ਸੁਭਾਨ। ਇੱਕ ਇੱਕ ਸ਼ੇਰ ਬਸ, ਜਿਹੜੇ ਹੁਕਮ ਨੇ ਉਹਨਾਂ ਦਾ ਇੱਕ ਇੱਕ ਸ਼ੇਰ ਪੜ੍ਹ ਕੇ ਇਜਾਜ਼ਤ ਚਾਹਾਂਗਾ। ਸ਼ਹਿਰ ਮਦੀਨੇ ਰਹਿਣ ਵਾਲਿਆ, ਇੱਥੇ ਬਣਦੀ ਹੈ ਸੁਭਾਨ ਅੱਲਾਹ, ਸੁਭਾਨ ਅੱਲਾਹ। ਸ਼ਹਿਰ ਮਦੀਨੇ ਰਹਿਣ ਵਾਲਿਆ, ਤੇਰੇ ਮੈਂ ਗੁਲਾਮਾਂ ਦਾ ਗੁਲਾਮ, ਮੁਰਸ਼ਦ ਵਾਲੇ ਬੋਲੇ ਸੁਭਾਨ ਅੱਲਾਹ, ਅੱਖਾਂ ਰਹਿ ਗਈਆਂ ਸ਼ਹਿਰ ਮਦੀਨੇ, ਆਕਾ ਮੇਰੀਆਂ ਅੱਖੀਆਂ ਅੱਖੀਆਂ ਮਦੀਨੇ ਪਾਕ ਰਹਿ ਗਈਆਂ, ਆਕਾ ਮੇਰੀਆਂ ਅੱਖੀਆਂ ਅੱਖੀਆਂ ਮਦੀਨੇ ਪਾਕ ਰਹਿ ਗਈਆਂ, ਆਕਾ ਮੇਰੀਆਂ ਅੱਖੀਆਂ ਮਦੀਨੇ ਜਾਈਏ। ਜਿਹੜਾ ਮਦੀਨੇ ਨਹੀਂ ਗਿਆ ਜਰਾ ਹੱਥ ਉਠਾਏ, ਜਿਹੜਾ ਨਹੀਂ ਗਿਆ ਯਾ ਅੱਲਾ ਗਵਾਹ ਹੋ ਜਾ। ਅੱਜ ਜਿਨ੍ਹਾਂ ਨੇ ਹੱਥ ਉਠਾਇਆ, ਅਗਰ ਅਗਲੇ ਸਾਲ ਇਹਨਾਂ ਨੇ ਸੱਦਿਆ ਤੇ ਮੈਂ ਆ ਕੇ ਕਵਾਂ ਜਿਹੜਾ ਮਦੀਨੇ ਨਹੀਂ ਗਿਆ ਇੱਥੇ ਕੋਈ ਵੀ ਹੱਥ ਨਾ ਉਠਾਏ। ਜਰਾ ਦੋਨੋਂ ਹੱਥ ਉਠਾ ਕੇ ਆਪ ਜ਼ਮ ਜ਼ਮ ਪੀਂਦੇ ਰਹੇ, ਦੋ ਦਿਨ ਸੁੱਖ ਨਾਲ ਜੀਂਦੇ ਸਦਕਾ ਬੇਜ਼ਮ ਜ਼ਮ ਪੀਂਦੇ ਰਹੇ, ਦੋ ਦਿਨ ਸੁੱਖ ਨਾਲ ਜੀਂਦੇ ਰਹੇ, ਤੁਸਾਂ ਦੇ ਦਰ ਦੀ ਚੌਖਟ ਤੇ ਅਸੀਂ ਮੰਗਦੇ ਆ।
Yeah.